ਹਾਲ ਵਡੇਰਾ ਜੀ ਕਿਹੜੇ ਮੈਚ ਤੁਸੀਂ ਸਪੋਰਟ ਕਰਦੇ ਸਾਡੇ ਸੈਮੀਫਾਈਨਲ ਮੈਚ ਸੀ ਲੁਧਿਆਣਾ ਵਰਸਿਸ ਬਠਿੰਡਾ ਅੰਡਰ 23 ਇੰਟਰ ਡਿਸਟ੍ਰਿਕਟ ਅਤੇ ਇਹ ਫਿਲਹਾਲ ਚੱਲ ਰਿਹਾ ਅਤੇ ਅਸੀਂ ਬਹੁਤ ਵਧੀਆ ਪੋਜੀਸ਼ਨ 'ਚ ਹੋਪਫੁਲੀ ਅਸੀਂ ਜਿੱਤੀ ਜਾਵਾਂਗੇ ਅਤੇ ਇਸ ਤੋਂ ਬਾਅਦ ਸਾਡਾ ਫਾਈਨਲ ਹੈ ਉਹ ਮਾਨਸਾ ਅਤੇ ਅੰਮ੍ਰਿਤਸਰ ਦੇ ਕਿਸੇ ਦੇ ਨਾਲ ਹੋਊਗਾ ਜੋ ਵੀ ਜਿੱਤੂ ਕਿੰਨਾ ਸਕੋਰ ਤੁਸੀਂ ਕਰਦੇ ਮੈਂ ਕੱਲ੍ਹ 578 ਰਨ ਕੀਤੇ ਸੀ ਅਤੇ ਦੇਖੋ ਜੀ ਮਤਲਬ ਤੁਹਾਨੂੰ ਪਤਾ ਕ੍ਰਿਕਟ 'ਚ ਕਿੰਨਾ ਜ਼ਿਆਦਾ ਕੰਪੀਟੀਸ਼ਨ ਹੈ ਮਤਲਬ ਸਾਡੇ ਇੰਡੀਆ 'ਚ ਕਰੋੜ ਮਤਲਬ ਜਿਹੜੇ ਮੁੰਡੇ ਨੇ ਉਹ ਜਾਂ ਕੁੜੀਆਂ ਨੇ ਮਿਲਾ ਕੇ ਮਤਲਬ ਕ੍ਰਿਕਟ ਖੇਡਦੇ ਨੇ ਅਤੇ ਉਹਨਾਂ 'ਚੋਂ ਜੇ ਤੁਸੀਂ ਸਟੈਂਡ ਆਊਟ ਕਰਨਾ ਤਾਂ ਓਬਵੀਅਸਲੀ ਕੁਛ ਵੱਖਰਾ ਤਾਂ ਕਰਨਾ ਹੀ ਪਊਗਾ ਅਤੇ ਮੈਨੂੰ ਮਤਲਬ ਬਚਪਨ ਤੋਂ ਹੀ ਮੈਨੂੰ ਪਤਾ ਸੀ ਕਿ ਮੇਰੇ ਅੰਦਰ ਇਨਬਿਲਡ ਟੈਲੈਂਟ ਹੈ ਕ੍ਰਿਕਟ ਦਾ ਅਤੇ ਬਟ ਮੈਂ ਕਦੇ ਵੀ ਮਿਹਨਤ ਨਹੀਂ ਛੱਡੀ ਆਪਣੀ ਫਿਟਨੈਸ ਅਤੇ ਆਪਣੀ ਸਕਿੱਲਸ 'ਤੇ ਹਮੇਸ਼ਾ ਕੰਮ ਕਰਦਾ ਰਿਹਾ ਸਾਡੇ ਜਿਹੜੇ ਕੋਚਿਸ ਨੇ ਉਹਨਾਂ ਨਾਲ ਮਤਲਬ ਗੱਲਬਾਤ ਕਰਦਾ ਰਿਹਾ ਅਤੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਬਹੁਤ ਸਪੋਰਟ ਕੀਤੀ ਹੈ ਅਤੇ ਇਸ ਲਈ ਹੀ ਉਹਨਾਂ ਦੇ ਕਾਰਨ ਹੀ ਆਪਣੀ ਫੈਮਿਲੀ ਦੇ ਕਾਰਨ ਸਪੈਸ਼ਲੀ ਮੈਂ ਮਤਲਬ ਇੰਨਾ ਵਧੀਆ ਕਰ ਪਾਇਆ ਉਹਨਾਂ ਦੇ ਸਪੋਰਟ ਦੇ ਕਾਰਨ ਫੈਮਿਲੀ ਤੁਹਾਡੇ ਕੋਲ ਮੇਰੇ ਫੈਮਿਲੀ 'ਚ ਮੇਰੇ ਫਾਦਰ ਸਾਹਿਬ ਮੋਮ ਆਪਣੇ ਦਾਦੀ ਦਾਦੂ ਚਾਚਾ ਚਾਚੀ ਸਾਰੇ ਮਤਲਬ ਵੀ ਹੈਵ ਅ ਜੁਆਇੰਟ ਫੈਮਿਲੀ ਮੇਰੇ ਫਾਦਰ ਦੀ ਇੱਕ ਕੰਪਨੀ ਹੈ ਟੋਪ ਕਰੀਅਰਸ ਐਂਡ ਯੂ ਐਂਡ ਬੈਟਰ ਥਿੰਗ ਉਹ ਰਨ ਕਰਦੇ ਨੇ ਐਜੂਕੇਸ਼ਨਲ ਕੰਪਨੀ ਹੈ ਅਤੇ ਅਸੀਂ ਮਤਲਬ ਬੇਸਿਕਲੀ ਐਜੂਕੇਸ਼ਨਲ ਬੈਕਗਰਾਊਂਡ ਤੋਂ ਜੀ ਮੈਂ ਹਜੇ ਸਟੱਡੀ ਵੀ ਨਾਲ ਕਰ ਰਿਹਾ ਆਪਣੀ ਬੀ ਏ ਕੰਪਲੀਟ ਕਰ ਮਤਲਬ ਲਾਸਟ ਸਮੈਸਟਰ ਹੈ ਇਸ ਤੋਂ ਬਾਅਦ ਮੇਰੀ ਬੀ ਏ ਵੀ ਕੰਪਲੀਟ ਹੋ ਜੂਗੀ ਉਹ ਗਵਰਮੈਂਟ ਕਾਲਜ ਤੋਂ ਕਰ ਰਿਹਾ ਮੈਂ ਲੁਧਿਆਣੇ ਤੋਂ ਫਿਊਚਰ ਦੀ ਪਲੈਨਿੰਗ ਇਹ ਫਿਲਹਾਲ ਮਤਲਬ ਕ੍ਰਿਕਟ 'ਚ ਮਤਲਬ ਓਬਵੀਅਸਲੀ ਅੱਗੇ ਜਾਣਾ ਚਾਹੁੰਦਾ ਮਤਲਬ ਪਹਿਲੇ ਵੀ ਜਿਵੇਂ ਅੰਡਰ 19 ਇੰਡੀਆ ਖੇਡਿਆ ਅਤੇ ਹੁਣ ਮਤਲਬ ਇਹ ਮੈਂ ਕਿ ਜਲਦੀ ਤੋਂ ਜਲਦੀ ਪਹਿਲਾਂ ਆਈ ਪੀ ਐਲ ਖੇਡੀਏ ਅਤੇ ਉਸ ਤੋਂ ਬਾਅਦ ਸੀਨੀਅਰ ਇੰਡੀਆ ਮਤਲਬ ਜਿੰਨੀ ਰਣਜੀ ਟਰੋਫੀ ਉਸ ਤੋਂ ਬਾਅਦ ਸੀਨੀਅਰ ਇੰਡੀਆ ਜਲਦੀ ਤੋਂ ਜਲਦੀ ਖੇਡੀ ਨਾ ਸਭ ਤੋਂ ਪਹਿਲਾਂ ਜੀ ਮੈਂ ਸ਼ੀਸ਼ ਕੁਮਾਰ ਮੰਗਲ ਜੀ ਰੈਜੀਡੈਂਟ ਐਲ ਡੀ ਸੀ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਵਰਲਡ ਰਿਕਾਰਡ ਬਣਾਇਆ ਕੀ ਦੇਖੋ ਜੀ ਵਰਲਡ ਰਿਕਾਰਡ ਬਣਨ ਦੇ ਨਾਲ ਸਾਡਾ ਔਰ ਸਾਡੇ ਸ਼ਹਿਰ ਦਾ ਔਰ ਸਾਡੀ ਸਟੇਟ ਦਾ ਔਰ ਇੰਡੀਆ ਦਾ ਵੀ ਮੈਂ ਤਾਂ ਕਹਾਂਗਾ ਕਿ ਸਾਡਾ ਸਾਰਿਆਂ ਦਾ ਸਿਰ ਉੱਚਾ ਹੋਇਆ ਕਿ ਇੱਕ ਬੱਚੇ ਨੇ ਉਹ ਉਪਲਬਧੀ ਹਾਸਲ ਕੀਤੀ ਆ ਜਿਹੜਾ ਕਿ ਇੱਕ ਸੁਪਨਾ ਹੁੰਦਾ ਹਰ ਪਲੇਅਰ ਦਾ ਜ਼ਿੰਦਗੀ ਦੇ ਵਿੱਚ ਤਾਂ ਉਹਨੇ ਅਚੀਵ ਕੀਤੀ ਉਸ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਵੇਂ ਉਪਲਬਧੀ ਹਾਸਲ ਇਸ ਬੱਚੇ ਦੀ ਮਿਹਨਤ ਇਸ ਬੱਚੇ ਦੀ ਡੈਡੀਕੇਸ਼ਨ ਜੋ ਇਸ ਬੱਚੇ ਨੇ ਮਿਹਨਤ ਕੀਤੀ ਆ ਅੱਜ ਮਿਹਨਤ ਦਾ ਫਲ ਸਾਨੂੰ ਸਾਰਿਆਂ ਨੂੰ ਸਾਹਮਣੇ ਦੇਖਣ ਨੂੰ ਮਿਲ ਰਿਹਾ ਜੀ ਕਿਹੜਾ ਮੈਚ ਸੀਗਾ ਇਹ ਸਾਡਾ ਜਿਹੜਾ ਮੈਚ ਸੀਗਾ ਇਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਹਰ ਸਾਲ ਟੂਰਨਾਮੈਂਟ ਔਰਗਨਾਈਜ਼ ਹੁੰਦਾ ਇਹ ਜਿਹੜਾ ਟੂਰਨਾਮੈਂਟ ਸੀ ਇਹ ਇੰਟਰ ਡਿਸਟ੍ਰਿਕਟ ਅੰਡਰ 23 ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਔਰਗਨਾਈਜ਼ ਕੀਤਾ ਸੀ ਔਰ ਇਹ ਸਾਡੇ ਸੈਮੀਫਾਈਨਲ ਸਟੇਜ 'ਤੇ ਮੈਚ ਸੀਗਾ ਜਿਹਦੇ ਵਿੱਚ ਕਿ ਇਹਨਾਂ ਦੀ ਪਰਫੋਰਮੈਂਸ ਜਿਹੜੀ ਆ ਐਕਸਲੈਂਟ ਹੈ ਕਿੰਨੇ ਇਹਨਾਂ ਨੇ 578 ਰਨ ਕੀਤੇ ਨੇ ਠੀਕ ਹੈ ਔਰ ਇਹ ਵਰਲਡ ਦੇ ਵਿੱਚ ਤੀਸਰੇ ਨੰਬਰ 'ਤੇ ਪਹਿਲਾਂ ਕਿਆ ਰਿਪੋਰਟ ਰਿਹਾ ਪਹਿਲਾਂ ਇੱਕ ਬੰਬੇ ਦੇ ਸਕੂਲਸ ਦਾ ਹੈ ਸ਼ਾਇਦ ਮੈਚ ਦਾ ਜਿਹ 'ਚ 1009 ਰਨ ਹਾਈਐਸਟ ਹੈ ਉਸ ਤੋਂ ਬਾਅਦ ਕਿਸੇ ਇੱਕ ਹੋਰ ਆ ਇੰਗਲੈਂਡ ਦਾ ਕੋਈ 600 ਸਮਥਿੰਗ ਐਡੀਲੇਡ ਅਤੇ ਥਰਡ ਜਿਹੜੇ ਨੇ ਇਹ ਨਿਹਾਲ ਦਾ ਆ ਔਰ ਸਿਕਸਰ ਦੇ ਵਿੱਚ ਵੀ ਜਿਸ ਤਰ੍ਹਾਂ ਮੈਨੂੰ ਪਤਾ ਚੱਲਿਆ ਕਿ ਵਰਲਡ ਦੇ ਵਿੱਚ ਸੈਕਿੰਡ ਹਾਈਐਸਟ ਸਿਕਸਰ ਜਿਹੜੇ ਨੇ ਉਹ ਨਿਹਾਲ ਵਡੇਰਾ ਨੇ ਲਗਾਏ ਕੀ ਕਹਿਣਾ ਚਾਹੋਗੇ ਇਸ ਮੌਕੇ 'ਤੇ ਇਸ ਮੌਕੇ 'ਤੇ ਪਹਿਲਾਂ ਤਾਂ ਖੁਸ਼ੀ ਸਾਨੂੰ ਇੰਨੀ ਕੁ ਹੈਗੀ ਆ ਕਿ ਸਾਡੇ ਕੋਲ ਕਹਿਣ ਲਈ ਕੋਈ ਲਫ਼ਜ਼ ਨਹੀਂ ਹੈਗੇ ਕੁਛ ਬੱਚੇ ਨੇ ਸਾਡੇ ਕਹਿਣ ਲਈ ਛੱਡਿਆ ਹੀ ਨਹੀਂ ਜੋ ਇਹਨੇ ਪਰਫੋਰਮ ਕਰਤਾ ਤਾਂ ਇਹਦੇ ਨਾਲ ਸਾਡੇ ਸ਼ਹਿਰ ਦਾ ਔਰ ਸਾਡੀ ਸਟੇਟ ਦਾ ਨਾਮ ਉੱਚਾ ਹੋਇਆ ਔਰ ਮੋਰ ਓਵਰ ਜਿਸ ਤਰ੍ਹਾਂ ਕਿ ਹੁਣ ਗੱਲ ਚੱਲ ਰਹੀ ਹੈ ਕਿ ਨਸ਼ਿਆਂ ਵਗੈਰਾ ਦੀ ਉਹਦੇ ਲਈ ਵੀ ਇੱਕ ਬੱਚੇ ਨੇ ਇੱਕ ਐਗਜ਼ਾਮਪਲ ਸੈੱਟ ਕਰਤੀ ਹੈ ਕਿ ਯਾਰ ਨਸ਼ਿਆਂ 'ਚ ਕੁਛ ਨਹੀਂ ਪਿਆ ਇੱਧਰ ਗੇਮ ਦੇ ਵਿੱਚ ਸਭ ਕੁਛ ਹੈਗਾ ਔਰ ਜਿਹਦੇ ਨਾਲ ਕਿ ਸਾਨੂੰ ਬੜੀ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਹੈ Subscribe to our YouTube channel News DNN by clicking the bell icon. Don't forget to like, comment, and share.